काम ओले बने रहे थे जीवन जिदन तुम आए ना फर्स्ट डे मैं तुम लैके आ इंग्लिश में बीच गई सी मैं पिछे गई प्रो फोटोग्राफर अपनी मर्जी का मैं कॉफी बनवा दी जो कि बहुत ज्यादा टेस्टी है लास्ट टाइम मैं ट्राई की थी आई हैव आल्सो ट्राइड या तू क्यों खत्म हुई जानते टाइम फिर पीवांगे ठीक है आई लव 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 दिस बट कॉफी पीवांगे जानते टाइम आई डोंट लाइक कॉफी व्हाई क्योंकि ये ज्यादा बिकॉज़ इट डज दैट डजंट सूट टू माय फेस ओके या इट इज टेस्टी या तुम कह रहे हो ना मैं अपने से सो चल दे हम अपन तो जाके मिलते हैं सॉरी बस खाली पे ही अपन कर लिया चलो स्टेडियम बहुत प्यारा लगता पा सामने आप जाना कि बड़ा प्यारा लगता पा चलने बीच से पानी कौन लेके आता मैं क्योंकि धुप बहुत ज्यादा आ ਕਿੰਨਾ ਸਨਸਕ੍ਰੀਨ ਲਾ ਕੇ ਆਈ ਸਿਰੇ ਮੈਂ ਬਾਲਾ ਇੰਨਾ ਸਨਸਕ੍ਰੀਨ ਥੱਪਿਆ ਮੇਰੇ ਫੇਸ ਤੇ ਸਾਰਾ ਵਾਈਟ ਕਾਸਟ ਹੋ ਗਿਆ ਯਾਰ ਉਹ ਬ੍ਰਿਜ ਕਿੱਥੇ ਗਿਆ ਉਹ ਯਾਰ ਤਾਂ ਪਿੱਛੇ ਰਹਿ ਗਿਆ ਉਹ ਰਿਹਾ ਸਾਹਮਣੇ ਚੱਲ ਪਹਿਲਾਂ ਪਲੀਜ਼ ਮੇਕ ਲਾਈਕ ਸਮ ਕਲਿਕ ਫੋਟੋਜ਼ ਐਂਡ ਹੇਅਰ ਵੀਡੀਓਜ਼ ਓਵਰ ਹੇਅਰ ਨੋ ਨਾਟ ਹੇਅਰ ਔਨ ਦ ਬੀਚ ਉੱਧਰ ਹੀ ਕਰਾਂਗੇ ਓਕੇ ਸ਼ੋਰ ਲੜਕਾ ਦੀ ਬਦਲੀ ਹੋ ਚੁੱਕੀ ਹੈ ਮੈਂ ਆਪਣੀਆਂ ਇਹਨੂੰ ਦਿੱਤੀਆਂ ਇਹਦੇ ਵਾਲੀਆਂ ਮੈਂ ਲਾ ਲਈਆਂ ਤੇ ਹੁਣ ਮੈਨੂੰ ਕਹਿੰਦੀ ਆਪਾਂ ਜਾਣਾ ਕਿੱਧਰ ਦੀ ਆ ਮੈਂ ਕਿਹਾ ਮੈਨੂੰ ਪਤਾ ਨਹੀਂ ਚੁੱਪ ਕਰਕੇ ਚੱਲੀ ਜਾ ਕਾਂ ਬੋਲੇ ਬਨੇਰੇ ਤੇ ਹੈ ਮੈਨੂੰ ਰਿਆ ਯਕੀਨ ਹੈ ਤੇਰੇ ਤੇ ਹਾਂ 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 ਤੇ ਨਾ ਸਾਡੇ ਨਾਲ ਨਾ ਦੋ ਕੁੜੀਆਂ ਆਉਂਦੀਆਂ ਵੀ ਅਸੀਂ ਬੱਸ ਚ ਓ ਵਾਓ ਯਾਰ ਇੰਨੀ ਦੂਰ ਸਵਿਮਿੰਗ ਲਈ ਕਿੱਦਾਂ ਜਾ ਸਕਦੇ ਲੋਕ ਨਹੀਂ ਕਰਨੀ ਐਡੇ ਵੱਡੇ ਬੀਚ ਨਹੀਂ ਬਟ ਜਾਵਾਂਗੇ ਥੋੜਾ ਜਿਹਾ ਅੱਗੇ ਤੱਕ ਬਸ ਮਾੜਾ ਜਿਹਾ ਘੁੰਮ ਕੇ ਪਿੱਛੇ ਆ ਰਹੀ ਹੈ ਤੂੰ ਫੇਰ ਮੈਨੂੰ ਕਹਣਾ ਮੇਰੀ ਵੀਡੀਓ ਕੱਟ ਦੇ ਤੇ ਬਹੁਤ ਸੋਹਣਾ ਲੱਗਦਾ ਪਿਆ ਹਾਈ ਆਈ ਮਿਸ ਮਾਈ ਜੀਵਨ ਛੇ ਛੇਤੀ ਉਹ ਆ ਜਾਏ ਫਿਰ ਮੈਂ ਜੀਵਨ ਨਾਲ ਆਇਆ ਕਰੂੰਗੀ ਕੱਲ੍ਹ ਮੈਂ ਤਾਂ ਜੀਵਨ ਫੋਨ 'ਤੇ ਗੱਲ ਕਰਦੇ ਪਏ ਸੀ ਅਸੀਂ ਇਹੀ ਗੱਲ ਸਲਾਹ ਕਰਦੇ ਪਏ ਸੀ ਮੈਂ ਕਿਹਾ ਜੀਵਨ ਜਿੱਦਣ ਤੁਸੀਂ ਆਏ ਨਾ ਫਸਟ ਡੇ ਮੈਂ ਤੁਹਾਨੂੰ ਲੈ ਕੇ ਆਉਣਾ ਆ ਏਅਰਪੋਰਟ ਤੋਂ ਸੈਕਿੰਡ ਡੇ ਆਪਾਂ ਵੈਨਕੂਵਰ ਜਾਣਾ ਆ ਥਰਡ ਡੇ ਆਪਾਂ ਚਿਲਾ ਬੈਗ ਜਾਣਾ ਆ ਫੋਰਥ ਡੇ ਆਪਾਂ ਬੀਚ 'ਤੇ ਇੱਦਾਂ ਕਰਕੇ ਮੈਂ ਸਾਰੇ ਪਲਾਨਸ ਬਣਾਏ ਆ ਮੈਂ ਕਿਹਾ ਇੱਦਾਂ ਤਾਂ ਆਪਾਂ ਘੁੰਮਣਾ ਮੈਂ ਕਿਹਾ ਇੱਥੇ ਇੱਥੇ ਆਪਾਂ ਘੁੰਮਣਾ ਵਾ ਇੱਥੇ ਇੱਥੇ ਤੁਹਾਨੂੰ ਲੈ ਕੇ ਜਾਣਾ ਸਾਰਾ ਘੁੰਮਾਉਣਾ ਤੁਹਾਨੂੰ ਸਾਰੀ ਛੇਤੀ ਛੇਤੀ ਆ ਜਾਏ ਬਸ ਮੇਰਾ ਜੀਵਨ ਤੇਰੀ ਵਿੰਟੇਜ ਵਾਲੀ ਗੱਡੀ ਖੜੀ ਉਹ ਵੇਖ ਕੇ ਨਾ ਮੈਨੂੰ ਯਾਦ ਆ ਗਿਆ ਮੈਂ ਇੱਥੇ ਜੀਵਨ ਲੂਸੀਫਰ ਸੀਰੀਜ਼ ਦੇਖਦੇ ਹੁੰਦੇ ਸੀਗੇ ਲੇਟ ਨਾਈਟ 1:30-2 ਵਜੇ ਤੱਕ ਅਸੀਂ ਸੀਰੀਜ਼ ਦੇਖੀ ਜਾਣੀ ਇੰਨਾ ਫਨ ਕਰਦੇ ਸੀ ਫਿਰ 2 ਵਜੇ ਜੀਵਨ ਨੇ ਪੌਪਕੋਰਨ ਬਣਾ ਕੇ ਲਿਆਣੇ ਫਿਰ ਪੌਪਕੋਰਨ ਖਾਣੇ ਮੈਂ ਮੂਵੀ ਦੇਖਦੀ ਹੁੰਦੀ ਸੀ ਜੀਵਨ ਸਾਡੀ ਨਾ ਉਹ ਹੁੰਦੀ ਸੀ ਟਰਨ ਹੁੰਦੀ ਸੀ ਲਾਈਕ ਇੱਕ ਦਿਨ ਜੀਵਨ ਦੀ ਟਰਨ ਹੁੰਦੀ ਸੀ ਇੱਕ ਦਿਨ ਮੇਰੀ ਹੁੰਦੀ ਸੀਗੀ ਹਾਏ ਯਾਰ ਹਰੇਕ ਚੀਜ਼ ਨਾਲ ਕੋਈ ਨਾ ਕੋਈ ਯਾਦ ਜੁੜੀ ਹੈ ਅਤੇ ਉਹ ਕਾਰ ਬਿਲਕੁਲ ਲੂਸੀਫਰ ਦੀ ਕਾਰ ਵਰਗੀ ਸੀਗੀ ਜਿਹੜੀ ਉਹਦੇ ਵਿੱਚ ਹੁੰਦੀ ਸੀਗੀ
ਤੇ ਬਹੁਤ ਸੋਹਣੀ ਆ ਸੀਰੀਜ਼ ਦੇਖੀ ਤੂੰ ਵੀ ਨੈਟਫਲਿਕਸ ਤੇ ਦੇਖੂੰਗੀ ਲੂਸੀਫਰ ਹੁੰਦਾ ਡੈਵਲ ਓ ਮਾਈ ਗੋਡ ਮੇਰਾ ਨੈਟਫਲਿਕਸ ਉੱਤੇ ਲੈਪਟਾਪ ਤੇ ਨਹੀਂ ਚੱਲਦਾ ਫੋਨ ਤੇ ਅਜੇ ਵੀ ਚੱਲ ਰਿਹਾ ਉਹਦਾ ਆਟੋਮੈਟਿਕ ਪੇਮੈਂਟ ਲੱਗੀ ਹੋਈ ਆ ਉਹ ਇੰਡੀਆ ਤੋਂ ਕੱਟ ਹੋਈ ਜਾਂਦੀ ਆ ਮੇਰਾ ਚੱਲ ਜਾਂਦਾ ਕੈਨੇਡਾ ਉੱਤੇ ਦੇਖਦੀ ਰਹਿੰਦੀ ਹਾਂ ਪਿਕਚਰਸ ਵਗੈਰਾ ਅਤੇ ਸੀਰੀਜ਼ ਨਹੀਂ ਮੈਂ ਦੁਬਾਰਾ ਕੋਈ ਦੇਖੀ ਜੋ ਜੀਵਨ ਆਊਗਾ ਫਿਰ ਹੀ ਵੇਖਾਂਗੀ ਹਾਏ ਬਸ ਹੁਣ ਚੱਲੀਏ ਆਪਾਂ ਬੀਚ 'ਤੇ ਫਿਰ ਪਿੱਛੇ ਇੱਕ ਬ੍ਰਿਜ ਆ ਆਪਾਂ ਉੱਥੇ ਵੀ ਚੱਲਾਂਗੇ ਤੁਰਨਾ ਬਹੁਤ ਪੈ ਰਿਹਾ ਇੱਥੇ ਵੈਰੀ ਨਾਈਸ ਤੈਨੂੰ ਕਿਹਨੇ ਕਿਹਾ ਸੀ ਹੀਲਸ ਪਾ ਕੇ ਆਉਣ ਨੂੰ ਫਿਰ ਦੱਸ ਪਹਿਲਾਂ ਇਟਸ ਕੰਫਰਟੇਬਲ ਓ ਰੀਅਲੀ ਦੋ ਮਿੰਟ ਪਹਿਲਾਂ ਤੁਰ ਗਿਆ ਸੀਗਾ ਅਨਕੰਫਰਟੇਬਲ ਆ ਮੈਂ ਫੀ ਕਿ ਤੂੰ ਸ਼ੂਜ਼ ਪਾਏ ਹੋਏ ਆ ਔਰ ਮੈਂ ਹੀਲਸ ਪਾਈਆਂ ਹੋਈਆਂ ਆਪਾਂ ਆਪਾਂ ਕਿੱਥੇ ਜਾਣਾ ਉਹ ਸਾਹਮਣੇ ਆਪਾਂ ਉੱਥੇ ਜਾਣਾ ਜਿੱਥੇ ਜ਼ਿਆਦਾ ਰਸ਼ ਨਾ ਹੋਵੇ ਲੋਕ ਬਹੁਤ ਹੁੰਦੇ ਆ ਪਰ ਆਪਾਂ ਫਿਰ ਅਨਕੰਫਰਟੇਬਲ ਸੋ ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਬੀਚ 'ਤੇ ਕਿੱਦਾਂ ਸੋਹਣਾ ਲੱਗਦਾ ਪਿਆ ਬਟ ਉਹਦੇ ਸਾਹਮਣੇ ਸਵਿਮਿੰਗ ਆ ਰਹੇ ਆ ਯਾਰ ਕਿੰਨੀ ਦੂਰ ਤੱਕ ਜਾ ਰਹੇ ਆ ਉਹ ਹਾਂ ਯਾਰ ਆਪਾਂ ਨਹੀਂ ਜਾਵਾਂਗੇ ਗਾਈਸ ਮਰਨ ਚੱਲੀ ਓ empty shells make own the new empty utensils make much voice yeah. I know as usual what you will write jeevan aa gaya jap oh my god so cute bestie oh yeah nice etra se bana kina se lagna I will also make a heart ye to jeevan ne mere na lad pena ki mere liye kuch nahi banaya always ਆਪਾਂ ਥੋੜੀ ਦੇਰ ਮੈਂ ਕਿਹਾ ਹੁਣ ਰੈਸਟ ਕਰੀਏ ਥੱਕ ਗਏ ਉੱਥੇ ਨੱਚ ਨੱਚ ਕੇ ਹੋਇਆ ਇੱਕ ਰੂਹਾਂ ਨੂੰ ਦੂਰ ਰੱਬ ਵੀ ਰੱਖਣਾ ਚਾਹੇ ਨਾ ਰੋਇਆ ਕਰ ਤੂੰ ਵੀਡੀਓ ਕਾਲ ਤੇ ਮੈਥੋਂ ਚੁੱਪ ਕਰਾਇਆ ਜਾਵੇ ਨਾ ਰੇਲ ਗੱਡੀ ਜਾਣ ਦੀ ਮੈਂ ਕਿਹਾ ਇਹਦੇ ਵਿੱਚ ਕੀ ਜਾਣ ਡਿਆ ਕਹਿੰਦੀ ਰੁਕ ਜਾ ਖਿਲਾਰ ਦੀ ਪੁੱਛਦੀ ਖਿਲਾਰ ਪੈ ਕਹਿੰਦਾ ਤੇ ਬਸ ਬੈਠੇ ਆ ਹੁਣ ਚਲ ਕਰ ਰਹੇ ਆ ਵਾਈਟ ਰੌਕਸ ਕੈਨੇਡਾ ਡੇ ਬਾਈ ਦਾ ਵੇ ਲੌਂਗੈਸਟ ਪੇਅਰ ਬਹੁਤ ਸੋਹਣਾ ਫੇਰੇ ਦੇਖ ਲਿਆ ਸੀ ਬ੍ਰਿਜ ਵੀ ਜਿਹਨੇ ਮੈਨੂੰ ਭੁੱਖ ਲੱਗੀ ਉਹਦੇ ਨਾਲ ਦਿਮਾਗ ਨਹੀਂ ਕੰਮ ਕਰਦਾ ਮੈਂ ਇਹਨੂੰ ਕਹਿਤਾ ਇਸ ਕਰਕੇ ਮੈਂ ਕਿਹਾ ਹੁਣ ਮੈਂ ਬਸ ਪਹਿਲਾਂ ਕੁਛ ਖਾਣਾ ਆ ਫਿਰ ਦੇਖਦੇ ਪਾਲੀ ਮੋਮੋ ਚਾਉਮੀਨ ਓ ਚਲੀਏ ਇਹ ਮੋਮੋਸ ਟਰਾਈ ਕਰਦੇ ਆ ਇਹਨਾਂ ਦੇ
चल मोमोज ट्राई करते हैं। बहुत ही जल्दी कैनेडा आएंगे, मैं मोमोज नहीं खाते। कैन वी क्रॉस हियर? यार वो क्रॉसिंग लाइन उधर आ, तू क्यों मरना तो मरौना आ जा। व्हाट इज दिस? ये कोई कार है? किधर ये जीप जी है? मोमो ट्राई करने, मोमो चल पा जा। इत्थे एंड लकी मी कि वो मैंने जानते नहीं ते दे सेड कि आई सॉ यू समवेयर एल्स, सो मैंने दसिया या मैं यूट्यूब पर जीवन कब कहते सो या आई टू आई सी यू एंड वहाँ पर ऑर्डर किए आ मोमोज ते बर्गर ते आप ट्राई करके दसा कि होएगा फिर मिलते हैं। आया फिर द्वारा टिम मॉर्टन्स मॉर्निंग भी आए थे, आप उदो कॉफी पी के गए थे सही करते हैं एंड आई जस्ट हैव माई डिनर। एक तो मेरे ना फोन वो लग्या हुआ या कवर, दूसरा जिद एक विंग भी आ पकड़न वाली ईजीली ये फोन होल्ड हो जाता, सो वो ना जो भी मैं कैमरा ऑन करती वो अगे नहीं डिग जाता है, सो मेरे पीछे करना पैंदा है। सो या आई टेक अ शावर एंड रिलैक्स चिल, सब डन, खाना पीना स्टिल बाहर देख सकते हो तुम, दिन चढ़िया पे हजे भी टाइम हो गया या 8:30 पौने ना ऑलमोस्ट। मैं ना रूम च बैठी हुई सी, अचानक ना एक क्रो क्रो आ गया और ना इतने इतने बैठा सी आके, मैं इन्नी ज़्यादा डर गई, मैं उन्होंने उठाया फटाफट इतों उड़ाया, चंगा होया वो अंदर नहीं आया, जो अंदर आ गया तो मुड़ के मैंने वक्त पैना ही। फिर हूँ भाजी जाड़ी ला के गए रूम च भी हूँ जिदा मर्जी मैं डोर ओपन कर सकती हाँ, सॉरी विंडो ओपन कर सकती हाँ। सो या गाइज जो मेन टाइटल आ व्लॉग का उतो तुम पता लग गया होना यह व्लॉग हैगा। सारे जने पुछते हैं दी भाजी ने तुहाडे कोल कदों आना कदों आना, सो स्पाउस वीजे का जो भी क्राइटेरिया आ यू ऑल नो वेरी वैल, तो जिनी ज़्यादा तुहानू इनफॉर्मेशन होएगी ये बारे मैं दस्यो, बट आई थिंक 3-4 महीने आराम नाल लगनगे, ऑलमोस्ट 2 महीने हो चले आ, 2-2.5 महीने मैनू तो जीवन में हाय ये तो इधर आते तो पता नहीं किन्ने साल हो गए होंगे आ, बट स्टिल चलो निकली जाता टाइम, ये भी थोड़े चिर का ही टाइम आ, छेती ये भी आप कवर अप कर लेना आ, तो जल्दी मिलांगे। सो मैं कमेंट सैक्शन से दस्यो होर की मतलब इनफॉर्मेशन होएगी ये रिगार्डिंग, बाकी न्यू व्लॉग्स आते रहेंगे, चैनल नू कर लियो सबसक्राइब एंड छेती 55,000 सबसक्राइबरस कंप्लीट कर दो, क्योंकि इंस्टा पर तो तुम मेरे 2,60,000 फॉलोअर्स कंप्लीट कर दते ने। थैंक यू सो मच इन्ना प्यार देने लिए, ऑलवेज दिने हो अगे भी दिंदे रहे हो, तो स्टे ट्यून्ड इदे न्यू न्यू व्लॉग्स आते रहेंगे। बाय बाय, मिलते हैं नेक्स्ट व्लॉग, लव यू ऑल, चैनल सब्सक्राइब करके जाए।